ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਟਰੂਡੋ ਸਰਕਾਰ ਬਣੀ ਹੈ। ਲਿਬਰਲ ਪਾਰਟੀ ਦੇ ਵੱਲੋਂ ਜਿਹੜੀਆਂ ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਵਿੱਚ 157 ਸੀਟਾਂ ਜਿੱਤ ਕੇ ਜਿਹੜੀ ਮੁੱਖ ਪਾਰਟੀ ਬਣਨ ਦਾ ਜਿਹੜਾ ਮਾਣ ਹਾਸਿਲ ਕੀਤਾ ਲਿਬਰਲ ਪਾਰਟੀ ਨੇ, ਪਰ ਇੱਥੇ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਇਹਨਾਂ ਸੰਸਦੀ ਚੋਣਾਂ ਦੇ ਵਿੱਚ 18 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡਦਿਆਂ MP ਬਣਨ ਦਾ ਮਾਣ ਹਾਸਿਲ ਕੀਤਾ ਅਤੇ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਹੈ ਕੈਨੇਡਾ ਦੀਆਂ ਸੰਸਦੀ ਚੋਣਾਂ ਦਾ ਜਸ਼ਨ ਪੰਜਾਬ ਤੱਕ ਪਹੁੰਚ ਚੁੱਕਿਆ ਹੈ। ਹਰ ਇੱਕ ਪੱਧਰ ਦੇ ਉੱਤੇ ਪੰਜਾਬੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸ਼ਲਾਘਾ ਕਰਨ ਜਿਹੜੀ ਕਰਨੀ ਹੈ ਉਹ ਬਣਦੀ ਵੀ ਹੈ, ਕਿਉਂਕਿ 18 ਪੰਜਾਬੀਆਂ ਦੇ ਵੱਲੋਂ ਜਿਹੜਾ ਮਾਣ ਪੰਜਾਬ ਦਾ ਵਧਾਇਆ ਹੈ, ਕਿਤੇ ਨਾ ਕਿਤੇ ਪੰਜਾਬੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਲਗਾਤਾਰ ਆਇਲ ਸੈਂਟਰਾਂ ਦੇ ਉੱਤੇ ਜਿਹੜੇ ਪੰਜਾਬ ਦਾ ਨੌਜਵਾਨ ਹੈ ਉਹ ਲਗਾਤਾਰ ਪੰਜਾਬ ਨੂੰ ਛੱਡ ਕੇ ਕੈਨੇਡਾ ਜਾਣ ਦੀ ਤਿਆਰੀ ਦੇ ਵਿੱਚ ਹੈਗਾ ਹੈ। ਚਾਹੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ, ਚਾਹੇ ਅੱਗੇ ਸਿੱਖਿਆ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਕੁਝ ਹੋਰ ਸਾਡੇ ਨਾਲ ਲੋਕ ਮੌਜੂਦ ਨੇ, ਇਹਨਾਂ ਤੋਂ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਹੈ। ਪੰਜਾਬੀਆਂ ਦੇ ਸਹਾਰੇ ਵਾਪਸੀ ਕਹੀ ਜਾ ਰਹੀ ਹੈ, ਕਿਉਂਕਿ ਪੰਜਾਬੀਆਂ ਦਾ ਸਹਾਰਾ NDP ਦੇ ਆਗੂ ਦੇ ਵੱਲੋਂ ਜਿਹੜਾ ਜਗਮੀਤ ਦੇ ਵੱਲੋਂ ਉਹਨਾਂ ਨੂੰ ਸਮਰਥਨ ਕੀਤਾ ਗਿਆ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਹੈ? ਹਰਪ੍ਰੀਤ ਸਿੰਘ ਜੀ। ਅੱਛਾ ਹਰਪ੍ਰੀਤ, ਜਿਵੇਂ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਹੋਈਆਂ ਨੇ, ਕਿਤੇ ਨਾ ਕਿਤੇ ਇੱਕ ਵਾਰ ਫਿਰ ਟਰੂਡੋ ਸਰਕਾਰ ਦੀ ਵਾਪਸੀ ਹੋਈ ਹੈ ਅਤੇ ਪੰਜਾਬੀਆਂ ਦਾ ਸਹਾਰਾ ਮਿਲਿਆ ਹੈ ਟਰੂਡੋ ਨੂੰ, ਸਭ ਤੋਂ ਪਹਿਲਾਂ ਤਾਂ ਇਹ ਜਾਣਾਂਗੇ ਕਿ ਪੰਜਾਬੀਆਂ ਦੀ ਜਿੱਤ ਦੇ ਕਿੰਨੀ ਖੁਸ਼ੀ ਹੈ ਅਤੇ ਕੀ ਮਾਇਨੇ ਕੱਢ ਰਹੇ ਹੋ ਇਸ ਦੇ? ਸਰ, ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਕਿਉਂਕਿ ਇਸ ਵਾਰੀ ਥੋੜ੍ਹਾ ਲਿਬਰਲ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਅਤੇ ਦੂਜੀ NDP ਉਹਨੂੰ ਦੇਗੀ, ਉਹਦੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਨੇ ਉੱਥੇ MP ਬਣੇ ਨੇ ਉਹ ਸਪੋਰਟ ਕਰਨਗੇ, ਸਰਕਾਰ ਬਣੇਗੀ, ਉਹਦੇ ਵਿੱਚ ਸਾਨੂੰ ਅਲਟੀਮੇਟਲੀ ਪੰਜਾਬੀ ਬੰਦਿਆਂ ਨੂੰ ਬਹੁਤ ਫਾਇਦਾ ਹੋਊਗਾ। ਜਿੱਦਾਂ ਪਹਿਲਾਂ ਦੂਜੀ ਪਾਰਟੀ ਨੇ ਕਿਹਾ ਸੀ ਕਿ ਉਹ ਥੋੜ੍ਹਾ ਵੀਜ਼ਾ ਪ੍ਰੋਸੈਸ ਦੇ ਵਿੱਚ ਮਤਲਬ ਤੰਗੀ ਲਿਆ ਦੇਣਗੇ, ਜਿੱਦਾਂ ਕਹਿ ਲਈਏ ਵੀ ਨਹੀਂ ਈਜ਼ੀ ਰਹੇਗਾ ਉੱਥੇ ਜਾਣਾ ਜਾਂ ਸਟੂਡੈਂਟ ਵੀਜ਼ਾ 'ਤੇ ਜਾਂ PR 'ਤੇ ਵਰਕ ਪਰਮਿਟ 'ਤੇ। ਹੁਣ ਸਾਨੂੰ ਇਹ ਖੁਸ਼ੀ ਹੈ ਜੀ ਕਿ ਇੱਕ ਤਾਂ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਉਹ ਸਪੋਰਟ ਕਰੇਗਾ ਜੀ, ਅਤੇ ਗਵਰਨਮੈਂਟ ਬਣੇਗੀ ਅਤੇ ਅਲਟੀਮੇਟਲੀ ਸਾਡੇ ਭਾਈਚਾਰੇ ਨੂੰ ਉੱਥੇ ਫਾਇਦਾ ਹੋਏਗਾ ਜੀ, ਅਤੇ ਈਵਨ ਹੋਰ ਵੀ ਜਿੱਦਾਂ ਕਹਿ ਲਈਏ ਕਿ ਈਜ਼ੀ ਹੋ ਗਿਆ ਸਾਨੂੰ ਲੱਗਦਾ ਹੁਣ ਵੀ, ਔਰ ਸਾਨੂੰ ਖੁਸ਼ੀ ਬਹੁਤ ਹੈ ਜੀ ਕਿ ਸਾਡਾ ਪੰਜਾਬੀ ਭਾਈਚਾਰਾ ਉੱਥੇ ਇੰਨਾ ਰਾਈਜ਼ ਕਰ ਰਿਹਾ ਜੀ। ਖੁਸ਼ੀ ਹਰ ਪੱਧਰ ਦੇ ਉੱਤੇ ਹੋਣੀ ਵੀ ਚਾਹੀਦੀ ਅਤੇ ਬਣਦੀ ਵੀ ਆ, ਪਰ ਇੱਕ ਸਵਾਲ ਇਹ ਵੀ ਹੈਗਾ ਕਿ ਲਗਾਤਾਰ ਪੰਜਾਬ ਦੇ ਨੌਜਵਾਨ ਜਿਹੜੇ ਕੈਨੇਡਾ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ, ਵਿਦੇਸ਼ ਜਾ ਕੇ ਕਾਫੀ ਸੁਪਨੇ ਉਹਨਾਂ ਦੇ ਹੈਗੇ ਨੇ ਕਿ ਹਰ ਇੱਕ ਪੱਧਰ ਦੇ ਉੱਤੇ ਕਾਮਯਾਬੀ ਹਾਸਲ ਕਰਨੀ ਹੈਗੀ ਹੈ, ਉਹਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਕੈਨੇਡਾ ਦੀ ਟਰੂਡੋ ਸਰਕਾਰ ਨੂੰ, ਟਰੂਡੋ ਦੀ ਵਾਪਸੀ? ਇੱਕ ਪਾਸੇ ਕੰਜ਼ਰਵੇਟਿਵ ਦਾ ਬਿਆਨ ਹੈ ਕਿ ਪ੍ਰਵਾਸੀਆਂ ਨੂੰ ਕੱਢਿਆ ਜਾਵੇਗਾ, ਇੱਕ ਪਾਸੇ ਟਰੂਡੋ ਦੀ ਹੁਣ ਸਰਕਾਰ ਬਣੀ ਹੈ ਦੁਬਾਰਾ, ਕਿਵੇਂ ਉਹਨਾਂ ਨੂੰ ਫਾਇਦਾ ਮਿਲਣ ਦੀ ਜਿਹੜੀ ਗੱਲ ਕਹੀ ਜਾ ਸਕਦੀ? ਡੈਫੀਨੇਟਲੀ ਭਾਅ ਜੀ, ਟਰੂਡੋ ਦੀ ਜੇ ਗਵਰਨਮੈਂਟ ਬਣਦੀ, ਹੁਣ ਬਣਨੀ ਹੈ ਵੈਸੇ ਤਾਂ ਉਹਦੇ 'ਚ ਪੰਜਾਬੀਆਂ ਨੂੰ ਫਾਇਦਾ ਹੋਏਗਾ, ਕਿਉਂਕਿ ਉਹ ਪਹਿਲਾਂ ਤੋਂ ਹੀ ਜਿਵੇਂ ਕਹਿ ਲਈਏ ਪੰਜਾਬੀ ਨਾਲ ਉਹਦੀ ਨੇਚਰ ਜਿਹੜੀ ਬੜੀ ਫਰੈਂਡਲੀ ਹੈ, ਉਹ ਆਪਣੇ ਸ਼੍ਰੀ ਹਰਿਮੰਦਰ ਸਾਹਿਬ ਵੀ ਆਏ ਸੀ ਉੱਥੇ ਨਤਮਸਤਕ ਹੋ ਕੇ ਗਏ ਨੇ ਜੀ, ਬੜਾ ਵਧੀਆ ਲੱਗਿਆ, ਉਹਦੇ ਪਰਿਵਾਰ ਨੇ ਉੱਥੇ ਸੇਵਾ ਕੀਤੀ ਹੈ, ਅਤੇ ਇੱਕ ਜ਼ਾਹਰ ਹੁੰਦਾ ਉਹਨਾਂ ਦਾ ਪੰਜਾਬੀਆਂ ਲਈ, ਪੰਜਾਬੀਅਤ ਲਈ ਪਿਆਰ ਹੈ ਜੀ, ਅਤੇ ਹੁਣ ਉਹਦੇ ਲਈ ਜਿਹੜੇ ਹੁਣ ਮੇਰੇ ਸਾਥੀ ਨੇ ਕੋਈ ਹੋਰ ਕੋਈ ਸਟੂਡੈਂਟ ਵੀਜ਼ਾ 'ਤੇ ਕਿੱਦਾਂ ਜਾਣਾ ਚਾਹੁੰਦੇ ਨੇ ਉਹ ਹੋਰ ਜਿਹਨੂੰ ਕਹਿ ਲਈ ਛੇਤੀ ਟਰਾਈ ਕਰਨਗੇ, ਕਿਉਂਕਿ ਉਹਨਾਂ ਨੂੰ ਹੁਣ ਈਜ਼ੀ ਲੱਗਦਾ ਕਿ ਦੁਬਾਰਾ ਟਰੂਡੋ ਗਵਰਨਮੈਂਟ ਆਏਗੀ ਤਾਂ ਉਹਦੇ 'ਚ ਵੀਜ਼ਾ ਲੱਗਣਾ ਸੌਖਾ ਹੈ। ਅੱਛਾ, ਇਸ ਦੇ ਨਾਲ ਹੀ ਲਗਾਤਾਰ ਸਵਾਲ ਵੀ ਉੱਠਦੇ ਰਹੇ ਨੇ ਕਿ ਜਿਵੇਂ ਭਾਰਤ ਦੇ ਵਿੱਚ ਪੰਜਾਬੀ ਹਰ ਵਾਰ ਹਰ ਪੱਧਰ ਦੇ ਉੱਤੇ ਖੜ੍ਹਦੇ ਨੇ, ਉਹਦੇ ਨਾਲੋਂ ਵੀ ਲੋਕਾਂ ਦਾ ਕਹਿਣਾ ਹੈ ਕਿ ਉਸ ਦੇ ਨਾਲੋਂ ਵੀ ਜਿਹੜੇ ਕੈਨੇਡਾ ਦੇ ਵਿੱਚ ਵੱਧ ਪੰਜਾਬੀਆਂ ਦੀ ਜਿਹੜੀ ਚੜ੍ਹਤ ਹੋਈ ਹੈ, 18 MP ਜਿੱਤੇ ਨੇ, ਇਸ ਦੇ ਮੁਕਾਬਲੇ ਭਾਰਤ ਦੇ ਨਾਲੋਂ ਵੀ ਕਿਤੇ ਨਾ ਕਿਤੇ ਵੱਧ ਮਾਣ ਸਤਿਕਾਰ ਮਿਲ ਰਿਹਾ? ਹਾਂਜੀ ਹਾਂਜੀ, ਬਿਲਕੁਲ ਜੀ, ਇਹ ਬੜੀ ਮਾਣ ਵਾਲੀ ਗੱਲ ਹੈ ਜੀ। ਇੱਥੇ ਤਾਂ ਵੈਸੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਉਸ ਬਾਣੇ ਵਾਲੇ ਨਹੀਂ ਸਾਡੇ 18 MP,
ਪਰ ਉੱਥੇ ਸਾਨੂੰ ਵਧੀਆ ਲੱਗਦਾ ਬਹੁਤ ਕਿ ਚਲੋ ਇੱਥੋਂ ਜਾ ਕੇ ਇੱਕ ਪ੍ਰਦੇਸ਼ ਦੇ ਵਿੱਚ ਜਾ ਕੇ ਆਪਣੀ ਇੱਕ ਨਵੇਕਲੀ ਪਛਾਣ ਬਣਾਈ, ਉੱਥੇ ਜਨਤਾ ਦੇ ਦਿਲਾਂ ਨੂੰ ਉਹਨਾਂ ਨੇ ਸਮਝਿਆ, ਉਹਨਾਂ ਦਾ ਕੰਮ ਕੀਤੇ ਹੋਣਗੇ ਅਤੇ ਤਾਂ ਕਰਕੇ ਉਹਨਾਂ ਨੂੰ ਜਨਤਾ ਪਸੰਦ ਕਰਦੀ ਆ, ਉਹਨੂੰ ਲਾਈਕ ਕਰਦੀ, ਉਹਨੂੰ ਵੋਟ ਕਰਦੀ ਹੈ, ਸਪੋਰਟ ਕਰਦੀ ਹੈ, ਇਲੈਕਟ ਕਰਦੀ ਹੈ, ਅਤੇ ਬਹੁਤ ਵਧੀਆ ਲੱਗਦਾ। ਆਪਾਂ ਇਹ ਵੀ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ 'ਚ ਵੀ ਇੱਦਾਂ ਹੀ ਹੋਵੇ, ਪੰਜਾਬੀ ਜਿੱਤਣ, ਸਾਰੇ ਵਧੀਆ ਅਤੇ ਵਧੀਆ ਕੰਮ ਕਰਨ ਜੀ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਪਰਵਿੰਦਰ ਸਿੰਘ। ਅੱਛਾ ਪਰਵਿੰਦਰ, ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਬਣੀ ਹੈ, 18 ਪੰਜਾਬੀਆਂ ਦੀ ਜਿੱਤ ਹੋਈ ਹੈ, MP ਬਣੇ ਨੇ, ਕਿਵੇਂ ਦੇਖ ਰਹੇ ਹੋ, ਕਿੰਨੀ ਖੁਸ਼ੀ ਹੈ? ਬਹੁਤ ਵਧੀਆ ਲੱਗਦਾ ਵੀਰ ਜੀ, ਆਪਣੇ ਪੰਜਾਬੀ ਜਿਹੜੇ MP ਬਣੇ ਨੇ ਉੱਧਰ ਜਾ ਕੇ, ਠੀਕ ਹੈ, ਬਹੁਤ ਖੁਸ਼ੀ ਹੈ ਸਾਨੂੰ, ਅਤੇ ਹੁਣ ਸਰਕਾਰ ਵੀ ਬਣਨਗੀ ਟਰੂਡੋ ਦੀ, ਬਹੁਤ ਖੁਸ਼ੀ ਹੈ ਸਾਨੂੰ। ਅੱਛਾ ਕਿਵੇਂ ਦੇਖ ਰਹੇ ਹੋ, ਕਿਉਂਕਿ ਸਟੂਡੈਂਟ ਵੀਜ਼ਾ ਦੇ ਉੱਤੇ ਬਹੁਤ ਸਾਰੇ ਨੌਜਵਾਨ ਵੀ ਜਾਣਾ ਚਾਹੁੰਦੇ ਨੇ, ਕੈਨੇਡਾ ਜਾਣ ਦੀ ਤਿਆਰੀ ਦੇ ਵਿੱਚ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਰੁਝਾਨ ਰਹੇਗਾ, ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਹੁਣ ਟਰੂਡੋ ਦੀ ਸਰਕਾਰ ਜਿਵੇਂ ਦੁਬਾਰਾ ਆਈ ਹੈ? ਅਗਰ ਟਰੂਡੋ ਦੀ ਸਰਕਾਰ ਹੁਣ ਬਣਨ ਜਾ ਰਹੀ ਹੈ ਅਤੇ ਜਿਹੜੇ ਵੀ ਪੰਜਾਬੀ ਆਪਣੇ ਇੱਧਰੋਂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬੈਨੀਫਿਟ ਮਿਲੇਗਾ, ਅਤੇ ਜਿਹੜੇ ਆਈਲੈਟਸ ਕਰ ਰਹੇ ਨੇ ਉਹਨਾਂ ਲਈ ਵੀ ਉੱਧਰੋਂ ਜਾ ਕੇ ਵੀਜ਼ਾ ਲਈ ਥੋੜ੍ਹੀ ਜਿਹੀ ਸੌਖਾ ਹੋ ਜਾਏਗਾ ਵੀਜ਼ਾ ਲੈਣਾ, ਅਤੇ ਉੱਧਰ ਜਾ ਕੇ ਆਪਣਾ ਸਟੱਡੀ ਕਰ ਸਕਣਗੇ ਜਾਂ ਆਪਣਾ ਕੰਮ ਕਰ ਸਕਣਗੇ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਪੰਜਾਬੀਆਂ ਦੇ ਵਿੱਚ ਜਿਹੜੀ, ਕਿਉਂਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ 18 ਪੰਜਾਬੀਆਂ ਦੀ ਜਿੱਤ ਹੋਈ ਹੈ, ਅਤੇ ਪੰਜਾਬੀਆਂ ਦੇ ਸਹਾਰੇ ਹੁਣ ਕੈਨੇਡਾ ਦੇ ਵਿੱਚ ਟਰੂਡੋ ਦੀ ਸਰਕਾਰ ਯਾਨੀ ਲਿਬਰਲ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਇਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਹੈ, ਕਿਤੇ ਨਾ ਕਿਤੇ ਨੌਜਵਾਨ ਜਿਹੜੇ ਪੰਜਾਬ ਜਾਣ ਦੀ ਚਾਹਤ ਰੱਖਦੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲਦੀ ਹੈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਟਰੂਡੋ ਨੇ ਜਿਹੜੀ ਵਾਪਸੀ ਕੀਤੀ ਹੈ, ਵਾਪਸੀ ਕਿਹਾ ਜਾ ਰਿਹਾ ਕਿ ਪੰਜਾਬੀਆਂ ਦੇ ਸਿਰ ਦੇ ਉੱਤੇ ਕੀਤੀ ਹੈ, ਅਤੇ ਜੇਕਰ ਪੰਜਾਬੀਆਂ ਦੇ ਸਿਰ ਦੇ ਉੱਤੇ ਵਾਪਸੀ ਕੀਤੀ ਹੈ, ਪੰਜਾਬੀਆਂ ਦਾ ਸਾਥ ਟਰੂਡੋ ਨੂੰ ਮਿਲਿਆ, ਤਾਂ ਕੀ ਹੁਣ ਟਰੂਡੋ ਜਿਹੜੇ ਪੰਜਾਬ ਦੇ ਨੌਜਵਾਨ ਹੈਗੇ ਨੇ, ਜਿਹੜੇ ਕੈਨੇਡਾ ਜਾਣ ਦੇ ਇੱਛੁਕ ਹੈਗੇ ਨੇ, ਜਾਂ ਫਿਰ ਹੋਰ ਜਿਹੜੇ ਰੁਜ਼ਗਾਰ ਦੇ ਲਈ ਕੈਨੇਡਾ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਵੱਖੋ ਵੱਖ ਫੈਸਲੇ ਲੈਣਗੇ, ਇਸੇ ਬਾਬਤ ਅਸੀਂ ਇਮੀਗ੍ਰੇਟ ਦਫ਼ਤਰ ਦੇ ਵਿੱਚ ਪੁੱਜੇ ਹਾਂ, ਅਤੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਕੈਨੇਡਾ ਦੇ ਚਾਹੇ ਵੀਜ਼ਾ ਪ੍ਰਕਿਰਿਆ ਦੀ ਗੱਲ ਹੋਵੇ, ਵੱਖੋ ਵੱਖ ਤਰੀਕੇ ਦੇ ਨਾਲ ਰਾਬਤਾ ਰੱਖ ਰਹੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਵੀਜ਼ਾ ਪ੍ਰਕਿਰਿਆ ਹੈਗੀ ਹੈ, ਜਾਂ ਫਿਰ ਕੈਨੇਡਾ ਜਾਣ ਵਾਸਤੇ ਜਿਹੜੇ ਨੌਜਵਾਨ ਇੱਛਾ ਰੱਖਦੇ ਨੇ, ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਇਸ ਵਾਰ ਜਿੱਤ ਕੇ ਸੱਤਾ ਧਿਰ ਦੇ ਵਿੱਚ ਸ਼ਾਮਿਲ ਹੋਣਗੇ, ਪੰਜਾਬ ਦੇ ਲਈ, ਪੰਜਾਬੀ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਰਹੇਗਾ, ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਚ ਕੀ ਨਾਮ ਤੁਹਾਡਾ? ਰਮਨ ਦੁਸਾਂਝ ਜੀ। ਅੱਛਾ ਰਮਨ, ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਜਸਟਿਨ ਟਰੂਡੋ ਨੇ ਵਾਪਸੀ ਕੀਤੀ ਹੈ, 18 ਪੰਜਾਬੀ ਜਿਹੜੇ MP ਬਣੇ ਨੇ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਵੀਜ਼ਾ ਪ੍ਰਕਿਰਿਆ, ਜਾਂ ਫਿਰ ਓਵਰਆਲ ਅਸੀਂ ਗੱਲ ਕੀਤੀ ਜਾਵੇ, ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਤਿਆਰੀ ਕਰ ਰਹੇ ਨੇ ਕੈਨੇਡਾ ਜਾਣ ਵਾਸਤੇ, ਚਾਹੇ ਸਿੱਖਿਆ ਦੇ ਲਈ ਹੋਵੇ, ਚਾਹੇ ਰੁਜ਼ਗਾਰ ਦੇ ਲਈ, ਕਿੰਨੀ ਕੁ ਸਰਲ ਕੀਤੀ ਜਾਵੇਗੀ ਉਹਨਾਂ ਨੌਜਵਾਨਾਂ ਦੇ ਲਈ ਟਰੂਡੋ ਦੇ ਵੱਲੋਂ? ਟਰੂਡੋ ਦੀ, ਸਭ ਤੋਂ ਪਹਿਲਾਂ ਮੈਂ ਇਹ ਗੱਲ ਕਲੀਅਰ ਕਰਨਾ, ਟਰੂਡੋ ਦੀ ਵਾਪਸੀ ਨਹੀਂ ਹੋਈ, ਇਹ ਪੰਜਾਬੀਆਂ ਦੀ ਆਪਣੀ ਇੱਕ ਵਾਰ ਦੁਬਾਰਾ ਵਾਪਸੀ ਹੋਈ ਹੈ। ਲਾਸਟ 5 ਈਅਰਸ ਤੋਂ ਜਿੱਦਾਂ ਵੀਜ਼ੇ ਹਰ ਸਾਲ ਵੀਜ਼ਾ ਸਕਸੈਸ ਰੇਟ ਵੱਧ ਰਿਹਾ ਸੀਗਾ, ਇਸ ਵਾਰ ਵੀ ਹੋ ਸਕਦਾ ਉਸ ਤੋਂ ਡਬਲ ਹੋ ਜਾਏ। ਹਰ ਵਾਰ ਇਹੀ ਸੋਚਿਆ ਜਾ ਰਿਹਾ ਸੀ, ਕਿਸੇ ਦੇ ਮਨ ਵਿੱਚ ਸੀ ਵੀ ਜਸਟਿਨ ਟਰੂਡੋ ਦੀ ਸਰਕਾਰ ਸ਼ਾਇਦ ਨਾ ਬਣੇ, ਪਰ ਉਸ ਬਣ ਦੇ ਨਾਲ ਸਟੂਡੈਂਟ ਨੂੰ ਬਹੁਤ ਹੀ ਫਾਇਦਾ ਹੋਇਆ ਹੈ। ਅਗਲੇ 3-4 ਸਾਲ 'ਚ ਨੀਅਰ ਅਬਾਊਟ 5 ਤੋਂ 7 ਲੱਖ ਪੂਰਾ ਇਮੀਗ੍ਰੇਟ, ਯਾਨੀ ਕਿ ਸਟੂਡੈਂਟ ਵੀਜ਼ਾ ਜਾਂ ਇਮੀਗ੍ਰੇਸ਼ਨ ਜਾਂ ਵਿਜ਼ਟਰ ਵੀਜ਼ਾ ਦਾ ਤੁਸੀਂ ਵੀਜ਼ਾ ਦੇਖੋਗੇ।
2023 ਤੱਕ ਟਰੂਡੋ ਸਰਕਾਰ ਦਾ ਇਹ ਏਜੰਡਾ ਵੀ 2023 ਤੱਕ 350,000 ਇਮੀਗ੍ਰੇਸ਼ਨ ਨੂੰ ਉੱਥੇ ਬੁਲਾਇਆ ਜਾਏ, ਇਮੀਗ੍ਰੇਟ ਨੂੰ ਸਟੂਡੈਂਟ, ਜਿਹਦੇ ਵਿੱਚ ਮੁੱਖ ਸਟੂਡੈਂਟ ਦਾ ਰੋਲ ਹੋਵੇਗਾ, ਸਭ ਤੋਂ ਵੱਧ ਸਟੂਡੈਂਟ ਨੂੰ ਬੁਲਾਇਆ ਜਾਵੇਗਾ। ਬਟ ਉਹਦੇ ਵਿੱਚ ਕੀ ਹੈ, ਪੰਜਾਬੀਆਂ ਨੂੰ ਬਹੁਤ ਜ਼ਿਆਦਾ ਵੱਡਾ ਫਾਇਦਾ ਹੋਇਆ, ਕਿਉਂਕਿ ਉਸ ਵਿੱਚ ਇਸ ਟਾਈਮ ਜੇ ਅਗਰ ਟਰੂਡੋ ਦੀ ਗੱਲ ਗੌਰਮੈਂਟ ਦੀ ਗੱਲ ਕਰੀਏ, ਉਹਦੇ ਵਿੱਚ 13 ਪੰਜਾਬੀ ਨੇ, ਇੱਕ NDPD ਵਿੱਚੋਂ, ਉਹਦੇ ਵਿੱਚੋਂ ਜਗਜੀਤ ਸਿੰਘ ਜੀ ਹੈ ਜੋ, ਉਹ 94 ਪੰਜਾਬੀ ਨੇ, ਉਹਨਾਂ ਨਾਲ ਮਿਲ ਕੇ ਸਰਕਾਰ ਬਣਾਈ ਜਾ ਸਕਦੀ ਹੈ। ਕਿ ਮੇਰੇ ਖਿਆਲ ਨਾਲ ਲੱਗ ਰਿਹਾ ਹੈ ਕਿ ਵੀਜ਼ਾ ਵਧਣ ਦੇ ਨਾਲ ਪੰਜਾਬੀਆਂ ਨੂੰ ਬਹੁਤ ਹੀ ਲਾਹਾ ਹੋਵੇਗਾ। ਦੇਖਿਆ ਜਾਵੇ ਕਿਤੇ ਕਿਤੇ ਪੰਜਾਬੀਆਂ ਦੇ ਮਨ ਵਿੱਚ ਇਹ ਸੀ ਵੀ ਹਾਂਜੀ ਵੀਜ਼ਾ ਲੱਗਣੇ ਬੰਦ ਹੋ ਜਾਣਗੇ, ਬਟ ਓਨਟੋਰੀਓ ਵਿੱਚ ਸਭ ਤੋਂ ਵੱਡਾ ਪੰਜਾਬੀ ਗੜ੍ਹ ਹੈ ਮੰਨਿਆ ਜਾਂਦਾ, ਅਤੇ ਟਰੂਡੋ ਦੀ ਗੌਰਮੈਂਟ ਵਿੱਚੋਂ ਵੀ ਸੀਟਾਂ ਸਭ ਤੋਂ ਵੱਧ ਪੰਜਾਬੀਆਂ ਨੇ ਹੀ ਉਹਨਾਂ ਨੂੰ ਰੋਲ, ਅਹਿਮ ਰੋਲ ਅਦਾ ਕੀਤਾ ਹੈ। ਯਾਨੀ ਕਿ ਬੇਸਿਕਲੀ ਇਹ ਪੰਜਾਬੀਆਂ ਦੀ ਗੌਰਮੈਂਟ ਦੁਬਾਰਾ ਆ ਚੁੱਕੀ ਹੈ। ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ 13 MP ਨੇ ਪੰਜਾਬੀ ਆਪਣੀ ਇੰਡੀਆ ਦੀ ਗੌਰਮੈਂਟ ਵਿੱਚ, ਉਸ ਤੋਂ ਜ਼ਿਆਦਾ MP ਯਾਨੀ ਕਿ ਕੈਨੇਡਾ ਦੀ ਗੌਰਮੈਂਟ 'ਚ ਇਸ ਟਾਈਮ ਇੰਡੀਆ ਦੇ ਆ ਚੁੱਕੇ ਨੇ ਪੰਜਾਬੀ। ਅੱਛਾ, ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੀ ਸਰਕਾਰ ਰਹੀ ਹੈ, ਪਹਿਲਾਂ ਅਤੇ ਇਸ ਵਾਰ ਦੀ ਸਰਕਾਰ ਦੇ ਵਿਚਾਲੇ ਨੌਜਵਾਨਾਂ ਦੇ ਲਈ ਜਾਂ ਫਿਰ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਦੇ ਨੇ, ਸਰਲ ਕੀਤੇ ਜਾ ਸਕਦੇ ਨੇ ਜਾਂ ਫਿਰ ਸਖਤ ਨਿਯਮ ਕੀਤੇ ਜਾ ਸਕਦੇ ਨੇ? ਕਿਉਂਕਿ ਕੰਜ਼ਰਵੇਟਿਵ ਦਾ ਇਹ ਕਹਿਣਾ ਸੀਗਾ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਪ੍ਰਵਾਸੀ ਹੈਗੇ ਨੇ ਜਾਂ ਫਿਰ ਵੀਜ਼ਾ ਪ੍ਰਕਿਰਿਆ ਜਾਂ ਫਿਰ ਪ੍ਰਵਾਸੀਆਂ ਦੀ ਜਿਹੜੀ ਆਮਦ ਹੈਗੀ ਹੈ ਉਸ ਨੂੰ ਸਖਤ ਦੇ ਨਾਲ ਜਿਹੜੀ ਕੰਟਰੋਲ ਕਰਨ ਦੀ ਗੱਲ ਕੀਤੀ ਗਈ ਸੀ, ਨਿਯਮ ਸਖਤ ਕਰਨ ਦੀ ਗੱਲ ਕੀਤੀ ਗਈ ਸੀ। ਕੰਜ਼ਰਵੇਟਿਵ ਸਰਕਾਰ ਚਾਹੁੰਦੀ ਸੀ ਵੀ ਸਾਡੇ ਕੋਲ ਸਕਿੱਲ ਮਾਈਗ੍ਰੇਸ਼ਨ ਸਟੂਡੈਂਟ, ਯਾਨੀ ਕਿ ਸਕਿੱਲ ਵਾਲੇ ਸਟੂਡੈਂਟ ਹਨ ਜਿਨ੍ਹਾਂ ਕਿ ਡਿਪਲੋਮਾ ਡਿਗਰੀ ਕੀਤੇ ਹੋਣ, ਸਕਿੱਲਸ ਯਾਨੀ ਕਿ ਆਟੋਮੋਟਿਵ ਇੱਦਾਂ ਦੇ ਕੋਰਸਾਂ ਵਿੱਚ ਜਿਨ੍ਹਾਂ ਦੇ ਕੋਰਸਿਸ ਕੀਤੇ ਮੁੱਖ ਕੀਤੇ, ਉਹਨਾਂ ਨੂੰ ਬੁਲਾਉਣਾ ਚਾਹੁੰਦੀ ਸੀ। ਬਟ ਕਿਤੇ ਨਾ ਕਿਤੇ ਟਰੂਡੋ ਸਰਕਾਰ ਉੱਥੇ ਇੱਕ ਇੱਦਾਂ ਦੇ ਸਟੂਡੈਂਟ ਚਾਹੁੰਦੀ ਹੈ ਜੋ ਉੱਥੇ ਆ ਕੇ ਪੜ੍ਹਾਈ ਕਰੇ, ਉੱਥੇ ਆ ਕੇ ਉੱਥੋਂ ਦਾ ਵਸਨੀਕ ਹੋਵੇ, ਯਾਨੀ ਕਿ ਇੱਥੋਂ ਪੜ੍ਹਨ ਜਾਵੇ, ਪਹਿਲਾਂ ਉੱਥੋਂ ਦੀ ਐਜੂਕੇਸ਼ਨ ਲਵੇ, ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਉੱਥੇ ਅਪਲਾਈ ਕਰੇ, ਉੱਥੇ ਜਾ ਕੇ PR ਅਪਲਾਈ ਕਰੇ। ਕੰਜ਼ਰਵੇਟਿਵ ਇਹੀ ਚਾਹੁੰਦੀ ਸੀਗੀ ਕਿ ਸਾਡੇ ਕੋਲ ਸਿਰਫ PR ਵਾਲੇ ਬੰਦੇ ਆਉਣ, ਯਾਨੀ ਕਿ ਇਹ ਨਹੀਂ ਆ ਵੀ ਹਾਂਜੀ ਸਾਡੇ ਕੋਲ ਸਟੂਡੈਂਟ ਆਵੇ। ਉਹਨਾਂ ਨੇ ਪੰਜਾਬੀਆਂ ਨੂੰ ਮੁੱਖ ਰੱਖਦੇ ਹੋਏ, ਟਰੂਡੋ ਦੀ ਗੌਰਮੈਂਟ ਨੇ, ਉਹਦੇ ਵਿੱਚ ਸਟੂਡੈਂਟ ਵੀਜ਼ੇ 'ਚ ਬਹੁਤ ਲਗਾਤਾਰ ਵਾਧਾ ਹੋ ਰਿਹਾ, ਇਹ ਅੱਗੇ ਵੀ ਵਾਧਾ ਹੋਵੇਗਾ। ਅਤੇ ਕਿਤੇ ਨਾ ਕਿਤੇ ਵਿਜ਼ਟਰ ਵੀਜ਼ੇ 'ਚ ਵੀ ਡਰ ਸੀਗਾ ਵੀ ਕੰਜ਼ਰਵੇਟਿਵ ਆਊਗੀ ਅਤੇ ਵਿਜ਼ਟਰ ਵੀਜ਼ਾ ਵੀ ਥੋੜ੍ਹਾ ਜਿਹਾ ਸਕਸੈਸ ਰੇਟ ਘਟੂਗਾ, ਬਟ ਹੁਣ ਸਭ ਕੁਝ ਕਲੀਅਰ ਹੈ ਤੁਹਾਡੇ ਸਾਹਮਣੇ, ਅੱਗੇ ਗੌਰਮੈਂਟ ਅਨਾਊਂਸ ਹੋ ਰਹੀ ਹੈ ਕਿਸ ਨੂੰ ਕਿਸ ਅਹੁਦਾ ਦਿੱਤਾ ਜਾ ਰਿਹਾ। ਹੋ ਸਕਦਾ ਪੰਜਾਬੀਆਂ ਨੂੰ ਵੱਡੇ ਅਹੁਦੇ ਦਿੱਤੇ ਜਾਣ, ਸ਼ਾਇਦ ਇਮੀਗ੍ਰੇਸ਼ਨ ਮਿਨਿਸਟਰ ਵੀ ਬਣ ਸਕਦੇ ਆ। ਹਰਜੀਤ ਸਿੰਘ ਸੱਜਣ ਜਿਹਨੇ ਕਿ ਡਿਫੈਂਸ ਮਿਨਿਸਟਰ ਸੀ, ਉਸ ਦੇ ਨਾਲ ਉਹਨਾਂ ਦਾ ਅਹੁਦਾ ਚੇਂਜ ਹੋ ਸਕਦਾ, ਹੋਰ ਅਹੁਦੇ 'ਤੇ ਆ ਸਕਦੇ ਹਨ, ਪਰ ਕਿਤੇ ਨਾ ਕਿਤੇ ਪੰਜਾਬੀਆਂ ਲਈ ਬਹੁਤ ਹੀ ਫਾਇਦੇ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਜਸਪ੍ਰੀਤ ਸਿੰਘ। ਅੱਛਾ ਜਸਪ੍ਰੀਤ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਜਸਟਿਨ ਟਰੂਡੋ ਨੇ ਵਾਪਸੀ ਕੀਤੀ ਹੈ, ਪਹਿਲਾਂ ਤਾਂ ਉਹਨਾਂ ਦੀ ਵਾਪਸੀ ਨੂੰ ਕਿਵੇਂ ਦੇਖ ਰਹੇ ਹੋ ਅਤੇ ਜਿਹੜੇ ਨੌਜਵਾਨ ਇੱਥੇ ਤਿਆਰੀ ਕਰ ਰਹੇ ਨੇ, ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ, ਉਹਨਾਂ ਨੌਜਵਾਨਾਂ ਦੇ ਲਈ ਕਿਸ ਤਰ੍ਹਾਂ ਦੇ ਫਾਇਦੇ ਹੋਣਗੇ ਅਤੇ ਪਹਿਲਾਂ ਵਾਪਸੀ ਦੀ ਕੀ ਕਹਿਣਾ ਚਾਹੋਗੇ? ਸਰ, ਵਾਪਸੀ ਲਈ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈਆਂ ਦੇਣਾ ਚਾਹੁੰਦਾ ਬਹੁਤ, ਅਤੇ ਬਾਕੀ ਇਹਦੇ ਵਿੱਚ ਹੁਣ ਬੈਨੀਫਿਟ ਹੀ ਹੋਏਗਾ ਅੱਗੇ ਨੂੰ, ਕਿਉਂਕਿ ਆਪਾਂ ਜੇ ਇਹਨਾਂ ਦੇ ਪਿਛਲੇ 5 ਸਾਲਾਂ ਨੂੰ ਦੇਖਿਆ ਜਾਵੇ ਤਾਂ ਉਹਦੇ ਵਿੱਚ ਬਹੁਤ ਬਹੁਤ ਸਟੂਡੈਂਟਸ ਗਏ ਨੇ ਉੱਥੇ, ਉਹਨਾਂ ਨੂੰ ਅੱਗੇ ਜੋਬਸ ਵੀ ਮਿਲੀਆਂ ਨੇ, ਕੁਛ ਬੱਚੇ PR ਵੀ ਹੋਏ ਨੇ। ਅਤੇ ਜੇ ਸਰਕਾਰ ਚੇਂਜ ਹੋ ਜਾਂਦੀ ਫਿਰ ਸ਼ਾਇਦ ਕੁਛ ਨੁਕਸਾਨ ਹੁੰਦਾ ਬੱਚਿਆਂ ਵਾਸਤੇ, ਬਟ ਹੁਣ ਕੋਈ ਇਸ ਚੀਜ਼ ਵਿੱਚ ਮਤਲਬ ਕਹਿ ਨਹੀਂ ਸਕਦੇ ਆਪਾਂ ਕਿ ਕੋਈ ਨੁਕਸਾਨ ਹੋਊਗਾ, ਬੈਨੀਫਿਟ ਹੀ ਹੋਊਗਾ। ਅੱਛਾ, ਨੁਕਸਾਨ ਨਹੀਂ ਹੋਊਗਾ ਇਹ ਤੁਸੀਂ ਕਹਿ ਰਹੇ ਹੋ, ਕਿ ਕੰਜ਼ਰਵੇਟਿਵ ਜਿਹੜੀ ਹੈਗੀ ਆ ਉਹ ਸੱਤਾ ਦੇ ਵਿੱਚ ਨਹੀਂ ਆ ਸਕਦੀ,
ਅਤੇ ਹੁਣ ਸਵਾਲ ਇਹ ਹੈਗਾ ਕਿ ਕਿਉਂਕਿ ਪੰਜਾਬੀਆਂ ਦੇ ਸਹਾਰੇ ਸਰਕਾਰ ਬਣੀ ਬਣ ਰਹੀ ਹੈ, ਐਨ ਡੀ ਪੀ ਦਾ ਸਮਰਥਨ ਵੀ ਹੈਗਾ, ਵੀਜ਼ਾ ਪ੍ਰਕਿਰਿਆ ਕਿਸ ਤਰ੍ਹਾਂ ਦੇ ਨਾਲ ਸੁਖਾਲੀ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਰਹੇਗੀ, ਜਾਂ ਫਿਰ ਉਹਨਾਂ ਨੌਜਵਾਨ ਜਿਹੜੇ ਜਿਨ੍ਹਾਂ ਨੇ ਹੁਣ ਜਾਣਾ ਹੈਗਾ ਇਹ ਸਰਕਾਰ ਬਣਨ ਤੋਂ ਬਾਅਦ ਜਾਣਾ ਹੈਗਾ, ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਨਿਯਮ ਜਿਹੜੇ ਹੈਗੇ ਨੇ ਉਹ ਸੌਖੇ ਕੀਤੇ ਜਾਣਗੇ? ਕਿਉਂਕਿ ਦੇਖੋ ਆਪਾਂ ਲਾਸਟ ਈਅਰ ਵੀ ਦੇਖਿਆ 5.5 ਬੈਂਡ 'ਤੇ ਵੀ ਬੱਚਿਆਂ ਦੇ ਵੀਜ਼ੇ ਲੱਗੇ ਨੇ, ਠੀਕ ਹੈ, ਤਾਂ ਇਸ ਸਾਲ ਵੀ ਉਹਦੇ ਵਿੱਚ ਵਾਧਾ ਹੋਏਗਾ ਵੀਜ਼ੇ ਦੇ ਵਿੱਚ ਕੋਈ ਨਾ ਕੋਈ। ਕਹਿਣ ਦਾ ਮਤਲਬ ਇੱਕ ਵਾਰ ਫਿਰ 5.5 ਬੈਂਡ ਤੱਕ ਕਿਹੜੀ ਗੱਲ ਆ ਸਕਦੀ? ਆ ਸਕਦੀ ਹੈ, ਹਾਂਜੀ ਬਿਲਕੁਲ ਆ ਸਕਦੀ ਹੈ, ਕਿਉਂਕਿ ਜੇ ਦੇਖਿਆ ਜਾਵੇ ਹੁਣ ਜਿਹੜੇ ਨਵੇਂ ਨਿਯਮ ਆਉਣਗੇ ਉਹਦੇ ਵਿੱਚ ਹੋ ਸਕਦਾ ਜਿਹੜਾ ਵਿਜ਼ਟਰ ਵੀਜ਼ਾ ਹੋ ਰਹੇ ਨੇ ਜਾਂ ਪੀ ਆਰ ਹੋ ਰਹੀ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਹੋਰ ਸੁਖਾਲਾ ਕੀਤਾ ਜਾਵੇ, ਇਹ ਹੋ ਸਕਦਾ। ਅੱਛਾ, ਇਹ ਤਾਂ ਸੀਗੀ ਗੱਲ ਵੀਜ਼ਾ ਪ੍ਰਕਿਰਿਆ ਦੀ, ਜਾਂ ਫਿਰ ਜਿਹੜੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਂਦੇ ਨੇ ਜਿਨ੍ਹਾਂ ਨੇ ਵਰਕ ਪਰਮਿਟ ਦੇ ਉੱਤੇ ਜਾਣਾ ਹੁੰਦਾ ਜਾਂ ਇੱਥੋਂ ਹੀ ਪੀ ਆਰ ਦੇ ਤੌਰ ਦੇ ਉੱਤੇ ਜਾਂਦੇ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਰੁਝਾਨ ਰਹੇਗਾ, ਜਾਂ ਫਿਰ ਕਿਸ ਤਰੀਕੇ ਦੇ ਨਾਲ ਕੈਨੇਡਾ ਸਰਕਾਰ ਉਹਨਾਂ ਨੂੰ ਵੀ ਬੁਲਾਵੇਗੀ, ਜਾਂ ਫਿਰ ਕੀ ਕੁਝ ਕੀਤਾ ਜਾ ਸਕਦਾ? ਸਰ ਇਹ ਤਾਂ ਐਕਚੁਲੀ ਹੁਣ ਅੱਗੇ ਅੱਗੇ ਜੋ ਵੀ ਪ੍ਰਕਿਰਿਆ ਚੱਲੇਗੀ ਉਹ ਤੋਂ ਆਪਾਂ ਨੂੰ ਪਤਾ ਚੱਲੇਗਾ, ਬਟ ਫਿਰ ਵੀ ਮਤਲਬ ਆਪਾਂ ਇਸ ਚੀਜ਼ ਨੂੰ ਪੋਜ਼ਿਟਿਵ ਹੀ ਮੰਨ ਕੇ ਚੱਲ ਰਹੇ ਹਾਂ ਇਸ ਟਾਈਮ, ਕਿਉਂਕਿ ਜੋ ਵੀ ਲਾਸਟ ਆਪਣਾ ਐਕਸਪੀਰੀਅੰਸ ਹੈਗਾ ਪਿਛਲੇ 5 ਸਾਲਾਂ 'ਚ ਜੋ ਆਪਾਂ ਨੇ ਦੇਖਿਆ ਉਹਦੇ ਅਕੋਰਡਿੰਗ ਮਤਲਬ ਹੁਣ ਬੈਨੀਫਿਟ ਹੀ ਹੋਏਗਾ ਅੱਗੇ ਬੱਚਿਆਂ ਨੂੰ। ਅੱਛਾ, ਜੇਕਰ ਕੰਜ਼ਰਵੇਟਿਵ ਦੀ ਗੱਲ ਕੀਤੀ ਜਾਵੇ, ਜੇ ਟਰੂਡੋ ਦੀ ਬਜਾਏ ਕੰਜ਼ਰਵੇਟਿਵ ਆਉਂਦੀ ਹੈ ਫਿਰ ਕੀ ਸਥਿਤੀ ਰਹਿੰਦੀ ਹੈ? ਹਾਲਾਂਕਿ ਨਹੀਂ ਆਈ, ਪਰ ਜੇ ਆਉਂਦੀ ਤਾਂ ਦੇਖੋ ਉਹਨਾਂ ਨੇ ਜੋ ਵੋਟਸ ਲੈਣੀਆਂ ਸੀਗੀਆਂ ਇਸੀ ਬੇਸਿਸ 'ਤੇ ਲੈਣੀਆਂ ਸੀਗੀਆਂ ਕਿ ਆਪਾਂ ਜੋ ਨਿਊ ਇਮੀਗ੍ਰੈਂਟਸ ਆ ਰਹੇ ਨੇ ਵੀ ਉਹਨਾਂ ਨੂੰ ਘੱਟ ਕੀਤਾ ਜਾਵੇ। ਹਾਂਜੀ, ਕਿਉਂਕਿ ਜਿਵੇਂ ਹੁਣ ਆਪਾਂ ਅਮੈਰੀਕਾ ਵਿੱਚ ਵੀ ਦੇਖ ਰਹੇ ਹਾਂ ਉੱਥੇ ਵੀ ਵੀਜ਼ਾਜ਼ ਬਹੁਤ ਘੱਟ ਲੱਗ ਰਹੇ ਨੇ, ਹੈ ਨਾ, ਤਾਂ ਉਹਨਾਂ ਦੀ ਮੇਨ ਪੋਲਿਸੀ ਇਹੀ ਰਹਿਣੀ ਸੀਗੀ ਕਿ ਆਪਾਂ ਜੋ ਉਹਨਾਂ ਦੀ ਮੇਨ ਫੋਕਸ ਹੈ ਉਹ ਕਿ ਜੇ ਨਵੇਂ ਜਿਹੜੇ ਇਮੀਗ੍ਰੈਂਟਸ ਹੈ ਵੀ ਉਹ ਨਾ ਆਉਣ, ਘੱਟ ਤੋਂ ਘੱਟ ਆਉਣ। ਜੇ ਕਿਤੇ ਨਾ ਕਿਤੇ ਜਿਹੜੇ ਪ੍ਰਵਾਸੀ ਖਾਸ ਕਰਕੇ ਕਿਉਂਕਿ ਪੰਜਾਬ ਦੇ ਨੌਜਵਾਨ ਪੰਜਾਬ ਦਾ ਤਾਂ ਹਰ ਵਰਗ ਕੈਨੇਡਾ ਜਾਣ ਦੀ ਤਿਆਰੀ ਦੇ ਵਿੱਚ ਲੱਗਿਆ ਰਹਿੰਦਾ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਹੁਣ ਰਾਹਤ ਮਿਲੇਗੀ ਇੱਕ ਵਾਰ ਫਿਰ ਟਰੂਡੋ ਦੀ ਵਾਪਸੀ ਦੇ ਨਾਲ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅੱਛਾ, ਪੰਜਾਬੀਆਂ ਦੀ ਜਿੱਤ ਦੇ ਲਈ ਕੀ ਕਹਿੰਦੇ ਹੋ, ਕਿਉਂਕਿ 18 ਪੰਜਾਬੀ ਇੱਕ ਵਾਰ ਫਿਰ MP ਬਣੇ ਨੇ, ਮਾਣ ਵਾਲੀ ਗੱਲ ਹੈ, ਕੀ ਕਹਿਣਾ ਚਾਹੋ? ਜੀ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ ਦੇਣਾ ਚਾਹੁੰਦਾ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਅਤੇ ਬਾਕੀ ਜੋ ਬੱਚੇ ਇੱਥੇ ਵੇਟ ਕਰ ਰਹੇ ਨੇ ਅਤੇ ਉਹਨਾਂ ਲਈ ਹੁਣ ਇਹ ਬਹੁਤ ਮੈਂ ਕਹਿ ਸਕਦਾ ਵੀ ਸੁਨਹਿਰਾ ਮੌਕਾ ਇਸ ਟਾਈਮ, ਅਤੇ ਜੋ ਬੱਚੇ ਸਟੱਡੀ ਕਰ ਰਹੇ ਨੇ ਹੋਰ ਵਧੀਆ ਤਰੀਕੇ ਨਾਲ ਸਟੱਡੀ ਕਰਨ ਤਾਂ ਕਿ ਉਹਨਾਂ ਨੂੰ ਵੀਜ਼ਾ ਈਜ਼ੀਲੀ ਮਿਲ ਜਾਵੇ, ਅਤੇ ਬਾਕੀ ਅਸੀਂ ਵੇਟ ਕਰ ਰਹੇ ਹਾਂ ਜੋ ਵੀ ਨਵੀਆਂ ਹੁਣ ਪੋਲਿਸੀਜ਼ ਉਹ ਅਪਲਾਈ ਕਰਨਗੇ ਤਾਂ ਦੇਖਦੇ ਹਾਂ ਬਾਕੀ ਹੁਣ ਜੋ ਵੀ ਅੱਗੇ ਹੁੰਦਾ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਹਰ ਪੱਧਰ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇੱਕ ਵਾਰ ਫਿਰ ਜਸਟਿਨ ਟਰੂਡੋ ਦੀ ਸਰਕਾਰ ਦੀ ਵਾਪਸੀ ਹੋਈ ਹੈ, ਚਾਹੇ ਬੇਸ਼ੱਕ ਇਸ ਵਾਪਸੀ ਦੇ ਪਿੱਛੇ ਪੰਜਾਬੀਆਂ ਦੀ ਸਪੋਰਟ ਹੈਗੀ ਹੈ, ਪਰ ਸਪੋਰਟ ਦੇ ਨਾਲ ਨਾਲ ਜਿਹੜੇ ਉਹ ਸਟੂਡੈਂਟ ਜਿਹੜੇ ਹੁਣ ਇੱਥੇ ਤਿਆਰੀਆਂ ਕਰ ਰਹੇ ਨੇ, ਆਇਲਸ ਕਰ ਰਹੇ ਨੇ, ਜਾਂ ਫਿਰ PR ਜਾਣ ਦੀ ਤਿਆਰੀ ਹੋ ਰਹੀ ਹੈ, ਜਾਂ ਫਿਰ ਕਿਸੇ ਵੀ ਪੱਧਰ ਦੇ ਉੱਤੇ ਕੈਨੇਡਾ ਜਾਣ ਦੇ ਲਈ ਨੌਜਵਾਨਾਂ ਦੇ ਵਿੱਚ ਖਿੱਚ ਹੈਗੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਮੌਕਾ ਹੈਗਾ ਸੁਨਹਿਰੀ ਮੌਕਾ ਹੈ, ਕੈਨੇਡਾ ਦੀ ਸਰਕਾਰ ਦੇ ਵੱਲੋਂ ਵੱਖੋ ਵੱਖ ਤਰੀਕੇ ਦੇ ਨਾਲ ਜਿਹੜੇ ਪ੍ਰਕਿਰਿਆ ਹੈਗੀ ਹੈ ਉਹ ਸੁਖਾਲੀ ਕੀਤੀ ਜਾਵੇਗੀ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਧੂਮ ਮਚਾਈ ਹੋਈ ਹੈ, ਕੈਨੇਡਾ ਦੇ ਸੰਸਦੀ ਚੋਣਾਂ ਦੇ ਵਿੱਚ 18 ਪੰਜਾਬੀਆਂ ਦੀ ਜਿੱਤ ਹੋਈ ਹੈ, ਅਤੇ ਇਸ ਜਿੱਤ ਦੇ ਜਸ਼ਨ ਪੰਜਾਬ ਤੱਕ ਮਨਾਏ ਜਾ ਰਹੇ ਨੇ। ਹਰਜੀਤ ਸਿੰਘ ਸੱਜਣ ਵੀ ਇੱਕ ਵਾਰ ਫਿਰ ਜਿਹੜੀ ਵਾਪਸੀ ਕੀਤੀ ਹੈ, ਅਤੇ ਨਾਲ ਦੀ ਨਾਲ ਕਈ ਹੋਰ ਪੰਜਾਬੀ ਜਿਹੜੇ ਕੈਨੇਡਾ ਦੀ ਸੰਸਦੀ ਚੋਣ ਜਿੱਤ ਕੇ MP ਬਣ ਚੁੱਕੇ ਨੇ। ਸਭ ਤੋਂ ਪਹਿਲਾਂ ਇਸ ਜਿੱਤ ਨੂੰ ਕਿਵੇਂ ਦੇਖ ਰਹੇ ਹੋ, ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਅੱਛਾ ਗੁਰਪ੍ਰੀਤ, ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਜਿੱਤ ਨੂੰ ਕਿਵੇਂ ਦੇਖ ਰਹੇ ਹੋ? ਬਾਈ ਮੈਂ ਤਾਂ ਕਹਿੰਦਾ ਵੀ ਬੜਾ ਵਧੀਆ ਹੋਇਆ ਹੈ ਨਾ, ਵੀ ਚਲੋ ਹੁਣ ਨਹੀਂ ਸਾਰਿਆਂ ਨੂੰ ਡਰ ਸੀਗਾ ਵੀ ਜੇ ਦੂਜੀ ਪਾਰਟੀ ਵਾਲੇ ਬਣ ਗਏ ਤਾਂ ਆਪਣਾ ਵੀ ਸ਼ਾਇਦ ਬੰਦ ਹੋ ਸਕਦਾ, ਉਹ ਕਹਿੰਦੇ ਸੀਗੇ
ਵੀ ਸਟੂਡੈਂਟ ਨੂੰ ਅਸੀਂ 20 ਘੰਟੇ ਹੀ ਕੰਮ ਕਰਨ ਦੇਵਾਂਗੇ, ਹੁਣ ਫਿਰ ਟਰੂਡੋ ਨੇ ਹੀ ਬਣ ਗਏ ਵੀ ਚਲੋ ਵਧੀਆ ਚੱਲਦਾ ਰਹੂਗਾ ਇਹ ਕੰਮ। ਅੱਛਾ, ਪੰਜਾਬੀ ਜਿੱਤੇ ਨੇ, 18 ਦੀ ਗਿਣਤੀ ਕਾਫੀ ਵੱਡੀ ਗਿਣਤੀ ਹੋ ਜਾਂਦੀ ਹੈ ਦੂਜੇ ਦੇਸ਼ ਦੇ ਵਿੱਚ। ਇੱਕ ਪਾਸੇ ਤਾਂ ਪੰਜਾਬੀਆਂ ਦੇ ਵੱਲੋਂ ਬਿਜ਼ਨਸ ਚਲਾਏ ਜਾ ਰਹੇ ਸਨ, ਕੰਮਕਾਰਾਂ ਦੇ ਵਿੱਚ ਮੋਰੀ ਹੋਏ ਸਨ, ਹੁਣ ਸਿਆਸਤ ਦੇ ਵਿੱਚ ਵੀ ਪੰਜਾਬੀ ਨੇ ਅਤੇ ਸਰਕਾਰ ਦੇ ਵਿੱਚ ਵੀ ਪੰਜਾਬੀ ਆਏ ਨੇ, ਕਿਵੇਂ ਦੇਖ ਰਹੇ ਹੋ, ਕਿਵੇਂ ਦਾ ਮਹਿਸੂਸ ਹੋ ਰਿਹਾ? ਬਾਈ ਮਹਿਸੂਸ ਤਾਂ ਬੜਾ ਵਧੀਆ ਹੋ ਰਿਹਾ ਹੈ ਨਾ, ਵੀ ਆਪਣਾ ਹੁਣ ਵੀ ਲਾਈਕ ਕੈਨੇਡਾ ਆਪਣਾ ਦੂਜਾ ਹੀ ਘਰ ਹੈ ਇਸ ਟਾਈਮ, ਆਪਣੇ ਪੰਜਾਬ ਦੂਜਾ ਪੰਜਾਬ ਬਣ ਗਿਆ ਹੈ ਨਾ। ਹੁਣ ਅਸੀਂ ਦੇਖਦੇ ਹਾਂ, ਮੈਂ BA ਕਰੀ, MA ਕਰੀ, ਹੋਰ ਵੀ ਮੇਰੇ ਨਾਲ ਦੇ ਬਥੇਰਾ BEd ਸਾਰੇ ਟੈਸਟ ਟੁੱਟ ਕਰੇ, ਇੱਥੇ ਜੋਬ ਨਹੀਂ ਹੈਗੀ ਯਾਰ। ਹੁਣ ਉੱਥੇ ਜੇ ਪੰਜਾਬੀ ਬਣਨਗੇ ਸਿਆਸਤ 'ਚ ਆਉਂਗੇ, ਮਤਲਬ ਹੋਰ ਆਪਣਾ ਪੰਜਾਬੀਆਂ ਲਈ ਬੈਨੀਫਿਟ ਹੈ ਵਧੀਆ, ਆਪਾਂ ਨੂੰ ਕੰਮ ਮਿਲ ਰਿਹਾ ਜਿਵੇਂ ਵੀ ਹੈ, ਪਹਿਲਾਂ ਸਟੂਡੈਂਟ ਦੇ ਤੌਰ 'ਤੇ ਜਾਂਦੇ ਹੋਰ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਦਿਲਪ੍ਰੀਤ ਸਿੰਘ ਹੈ ਜੀ। ਅੱਛਾ ਦਿਲਪ੍ਰੀਤ, ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਧੂਮ ਮਚਾਈ ਹੈ, ਕਿਵੇਂ ਦਾ ਮਹਿਸੂਸ ਹੋ ਰਿਹਾ, ਕਿੰਨੀ ਖੁਸ਼ੀ ਹੈਗੀ? ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਖੁਸ਼ੀ ਹੈ, ਵਧੀਆ ਹੀ ਆਪਣੇ ਵਾਸਤੇ, ਪੰਜਾਬੀਆਂ ਵਾਸਤੇ। ਅੱਛਾ, ਇਸ ਕਰਕੇ ਪੁੱਛ ਰਿਹਾ, ਸਵਾਲ ਇਹ ਹੈਗਾ ਕਿ ਯੂਥ ਹੈਗੇ ਆ, ਪੜ੍ਹਾਈ ਲਿਖਾਈ ਕੀਤੀ ਹੈਗੀ ਆ, ਇੱਥੇ ਸਟੱਡੀ ਕੀਤੀ ਆ, ਅੱਜ ਕੱਲ੍ਹ ਯੂਥ ਦਾ ਫੋਕਸ ਰਹਿੰਦਾ ਹੈ ਕਿ ਬਾਹਰਲੇ ਮੁਲਕ ਜਾਇਆ ਜਾਵੇ, ਆਪਣੇ ਆਪ ਨੂੰ ਸੈਟਲ ਕੀਤਾ ਜਾਵੇ, ਤੁਹਾਡਾ ਵਿਚਾਰ ਹੈਗਾ ਕਿ ਇਸ ਤਰ੍ਹਾਂ ਦਾ? ਹੈ ਤਾਂ ਸਭ ਦੇ ਹੀ ਬਾਹਰ ਦੇ ਹੀ ਆ, ਸਾਡੇ ਸਾਰੇ ਫਰੈਂਡ ਸਰਕਲ ਦਾ ਵੀ ਇੱਥੇ ਹੁਣ BA, ਕਿਸੇ ਨੇ MSC ਕਰੀ, ਵੀ ਕਿਸੇ ਦਾ ਕੁਛ ਨਹੀਂ ਹੋ ਰਿਹਾ, ਮਤਲਬ ਕੋਈ ਪ੍ਰਾਈਵੇਟ ਨੌਕਰੀ ਕਰ ਰਿਹਾ, ਵੀ ਸਭ ਤਾਂ ਇੱਦਾਂ ਹੀ ਆ ਵੀ ਹਾਂ ਬਾਹਰ ਹੀ ਜਾ। ਕੈਨੇਡਾ ਦੇ ਵਿੱਚ ਟਰੂਡੋ ਦੀ ਸਰਕਾਰ ਬਣਨ ਜਾ ਰਹੀ ਹੈ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਯੂਥ ਹੈਗਾ ਪੰਜਾਬ ਦੇ ਨੌਜਵਾਨ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲੇਗਾ, ਕੀ ਸੁਵਿਧਾਵਾਂ ਰਹਿਣਗੀਆਂ? ਵਧੀਆ ਬਹੁਤ ਸੁਵਿਧਾਵਾਂ ਰਹਿਣਗੀਆਂ, ਪਹਿਲਾਂ ਹੀ ਵੈਸੇ ਤਾਂ ਬਹੁਤ ਕੁਛ, ਮਤਲਬ ਟਰੂਡੋ ਨੇ ਆਪਣੇ ਵਾਸਤੇ ਬਹੁਤ ਕੁਛ ਕਰਿਆ, ਫਿਰ ਅੱਗੇ ਵਾਸਤੇ ਵੀ ਸਾਨੂੰ ਵਧੀਆ ਹੀ ਆ, ਹੈ ਨਾ, ਵੀ ਅਸੀਂ ਤਾਂ ਸਮਝਦੇ ਬਹੁਤ ਵਧੀਆ ਆ। ਅੱਜ ਤੁਹਾਨੂੰ ਲੱਗਦਾ ਕਿ ਜਿਹੜੇ MP ਜਿੱਤ ਕੇ 18 MP ਜਿਹੜੇ ਹੈਗੇ ਨੇ ਜਿੱਤੇ ਨੇ, ਉਹ ਪੰਜਾਬ ਦੇ ਨੌਜਵਾਨਾਂ ਦੇ ਲਈ, ਪੰਜਾਬ ਦੀ ਜਿਹੜੀ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਪੰਜਾਬ, ਉਹਨਾਂ ਨੂੰ ਖਤਮ ਕਰਨ ਦੇ ਲਈ ਕੋਈ ਪਹਿਲ ਕਰਨਗੇ? ਕਰਨਗੇ ਤਾਂ ਵਧੀਆ ਹੀ ਗੱਲ ਹੈ, ਕਰੇ ਉਹ, ਮੈਂ ਤਾਂ ਆਪ ਕਹਿੰਦੇ ਵੀ ਹੈ ਨਾ, ਕਰਨਾ ਚਾਹੀਦਾ ਉਹਨਾਂ ਨੂੰ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸਾਹਿਬਪ੍ਰੀਤ ਸਿੰਘ। ਅੱਛਾ ਸਰ, ਕੀ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਨੇ ਧੂਮ ਮਚਾਈ ਹੈ, ਵੱਖ ਵੱਖ ਤਰੀਕੇ ਦੇ ਨਾਲ ਜਿਹੜੇ ਪੰਜਾਬੀ ਲੰਮੇ ਸਮੇਂ ਤੋਂ ਜਿਹੜੇ ਕੈਨੇਡਾ ਦੇ ਵਿੱਚ ਗੱਲਬਾਤ ਕਰਦੇ ਰਹੇ ਨੇ, ਪੰਜਾਬੀਆਂ ਦੇ ਲਈ ਦਾਅਵੇ ਕਰਦੇ ਰਹੇ ਨੇ, ਇਸ ਜਿੱਤ ਨੂੰ ਕਿਵੇਂ ਦੇਖ ਰਹੇ ਹੋ? ਇਹ ਜਿੱਤ ਨੂੰ ਮੈਂ ਬਹੁਤ ਵਧੀਆ ਲੱਗ ਰਿਹਾ ਮੈਨੂੰ, ਕਿਉਂਕਿ ਇੰਨੀ ਗਿਣਤੀ ਤਾਂ ਇੰਡੀਆ ਦੇ ਵਿੱਚ ਨਹੀਂ ਹੈਗੀ ਚਲੋ ਜਿੰਨੀ ਉੱਥੇ ਹੋ ਗਈ ਸਿੱਖਾਂ ਦੀ, ਆਪਾਂ ਜੇ ਕਹੀਏ ਕਮਿਊਨਿਟੀ ਨੂੰ ਵੀ ਫਾਇਦਾ ਅਤੇ ਪੰਜਾਬ ਨੂੰ ਵੀ ਫਾਇਦਾ, ਇੰਡੀਆ ਨੂੰ ਰੀਪ੍ਰਜੈਂਟ ਕਰਨਗੇ ਅੱਗੇ ਤਾਂ ਵਧੀਆ ਲੱਗਿਆ। ਅੱਛਾ, 18 ਪੰਜਾਬੀ ਜਿੱਤ ਨੇ, ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ? ਪੂਰੀ ਖੁਸ਼ੀ ਹੈ ਜੀ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਬਲਵਿੰਦਰਪਾਲ। ਅੱਛਾ ਬਲਵਿੰਦਰ, ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਧੂਮ ਮਚਾਈ ਹੈ, ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਹੈ, ਕਿਹਾ ਜਾ ਰਿਹਾ ਕਿ ਇਹ ਵਾਪਸੀ ਹੈਗੀ ਹੈ ਜਿਹੜੀ ਉਹ ਪੰਜਾਬੀਆਂ ਦੀ ਸਪੋਰਟ ਦੇ ਨਾਲ ਹੈਗੀ ਹੈ, ਤੁਹਾਨੂੰ ਲੱਗਦਾ ਕਿ ਪੰਜਾਬੀਆਂ ਦੀ ਸਪੋਰਟ, ਪੰਜਾਬੀਆਂ ਦਾ ਜਿਹੜਾ ਇੱਕ ਵਾਰ ਕੈਨੇਡਾ ਵੀ ਜਿਹੜਾ ਪੰਜਾਬੀਆਂ ਨੇ ਗੜ੍ਹ ਬਣਾ ਦਿੱਤਾ ਹੈ, ਪੰਜਾਬ ਹੀ ਬਣਾ ਦਿੱਤਾ ਹੈ ਦੂਜਾ, ਇਸ ਜਿੱਤ ਨੂੰ ਕਿਵੇਂ ਦੇਖ? ਜਿੱਤ ਦੀ ਸਭ ਤੋਂ ਪਹਿਲਾਂ ਤਾਂ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਸਭ ਨੂੰ ਮੁਬਾਰਕਬਾਦ ਆ, ਕਿਉਂਕਿ ਪੰਜਾਬ ਦਾ ਇੱਕ ਜਿਹੜਾ ਵੱਡਾ ਖਿੱਤਾ ਜਿਹੜਾ ਇੱਥੋਂ ਉਹਨਾਂ ਦੀ ਟ੍ਰਾਂਸਫਾਰਮੇਸ਼ਨ ਹੋਈ ਆ, ਉਹ ਉੱਥੇ ਗਏ ਨੇ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ, ਦੁਬਾਰਾ ਸਰਕਾਰ ਜਿਹੜੀ ਆਈ ਆ, ਚਾਹੇ ਉਹ ਜਗਮੀਤ ਸਿੰਘ ਦੀ ਪਾਰਟੀ ਦੀ ਗੱਲ ਹੋਵੇ, ਚਾਹੇ ਉਹ ਕੰਜ਼ਰਵੇਟਿਵ ਦੀ ਹੋਵੇ, ਚਾਹੇ ਲਿਬਰਲਾਂ ਦੀ ਗੱਲ ਹੋਵੇ, ਇਹ ਸਾਰੀਆਂ ਪਾਰਟੀਆਂ ਨੇ ਪੰਜਾਬੀਆਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਦਿੱਤੀ ਆ, ਅਤੇ
ਵਧੀਆ ਜਿੱਥੋਂ ਉਹਨਾਂ ਦੀ ਕਮਿਊਨਿਟੀ ਪੰਜਾਬੀਆਂ ਦੀ ਸਾਡੇ ਦੀ ਜ਼ਿਆਦਾ ਕਮਿਊਨਿਟੀ ਤਾਦਾਦ ਜ਼ਿਆਦਾ ਆ ਉੱਥੋਂ ਉਹਨਾਂ ਨੇ ਵਧੀਆ ਚਾਹੇ ਉਹ ਸਾਡੇ ਪਾਕਿਸਤਾਨ ਦੇ ਪੰਜਾਬੀ ਹੋਣ ਉਹਨਾਂ ਨੂੰ ਵੀ ਉਹਨਾਂ ਨੇ ਇਕੱਲੇ ਸਾਨੂੰ ਹਿੰਦੁਸਤਾਨ ਦੇ ਪੰਜਾਬੀਆਂ ਦੀ ਨਹੀਂ ਗੱਲ ਕਰਨੀ ਚਾਹੀਦੀ ਪੰਜਾਬ ਦੇ ਖਿੱਤੇ ਦੀ ਜਦੋਂ ਗੱਲ ਆਉਂਦੀ ਆ ਤਾਂ ਸਮੁੱਚੇ ਪੰਜਾਬ ਦੀ ਬ੍ਰਿਟਿਸ਼ ਪੰਜਾਬ ਦੀ ਗੱਲ ਆਉਂਦੀ ਆ ਉਦੋਂ ਉੱਥੋਂ ਦੇ ਵੀ ਜਿਹੜੇ ਲੋਕ ਸੀਗੇ ਨੁਮਾਇੰਦੇ ਉਹਨਾਂ ਵੱਖ ਵੱਖ ਪਾਰਟੀਆਂ ਨੇ ਉਹਨਾਂ ਨੂੰ ਵੀ ਉਨਾ ਹੀ ਭਾਗੀਦਾਰ ਬਣਾਇਆ ਜਿੰਨਾ ਕਿ ਸਾਡੇ ਹਿੰਦੁਸਤਾਨੀ ਪੰਜਾਬ ਦੇ ਪੰਜਾਬੀਆਂ ਨੂੰ ਭਾਗੀਦਾਰ ਬਣਾਇਆ ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਛਾ, ਜੇਕਰ ਹੁਣ ਤੁਸੀਂ ਮੁਬਾਰਕਬਾਦ ਦਿੱਤੀ ਹੈ, ਜੇਕਰ ਜਸਟਿਨ ਟਰੂਡੋ ਦੀ ਨੀਤੀ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਪੰਜਾਬੀਆਂ ਦੇ ਲਈ ਜਾਂ ਫਿਰ ਪ੍ਰਵਾਸੀਆਂ ਦੇ ਲਈ, ਕਿਉਂਕਿ ਪ੍ਰਵਾਸੀ ਵੀ ਉਹ ਨੇ ਜਿਹੜੇ ਕਹਿੰਦੇ ਨੇ ਵੀ ਪੰਜਾਬ ਤੋਂ ਜ਼ਿਆਦਾ ਜਾ ਰਹੇ ਨੇ, ਕਿਸ ਤਰ੍ਹਾਂ ਦੀ ਨੀਤੀ ਰਹਿਣ ਵਾਲੀ ਹੈ, ਕਿਸ ਤਰ੍ਹਾਂ ਦਾ ਰੁਝਾਨ ਦੇਖਦੇ ਹੋ ਚਾਹੇ ਪਿਛਲੀ ਸਰਕਾਰ ਦਾ ਹੋਵੇ ਚਾਹੇ ਹੁਣ ਨਵੀਂ ਸਰਕਾਰ ਦਾ? ਨੀਤੀਆਂ ਦੇ ਵਿੱਚ ਬਦਲਾਵ ਜਿਹੜਾ ਆ, ਸਮਾਜ ਦੇ ਜਿੱਦਾਂ ਬਦਲਾਵ ਹੁੰਦਾ ਉੱਦਾਂ ਨੀਤੀਆਂ ਦੇ ਵਿੱਚ ਵੀ ਬਦਲਾਵ ਹੁੰਦਾ ਰਹਿੰਦਾ। ਮੌਕੇ ਦੇ ਜਿਹੜੇ ਨਿਜ਼ਾਮ ਹੁੰਦੇ, ਹਕੂਮਤ ਹੁੰਦੀ ਆ, ਉਹ ਜਿਹੜੇ ਸਾਡੇ ਹਿੰਦੁਸਤਾਨੀ ਜਿਹੜੇ ਦਾਇਰੇ ਦੇ ਅੰਦਰ ਜੇ ਅਸੀਂ ਗੱਲ ਕਰੀਏ ਤਾਂ ਇੱਥੋਂ ਨਾਲੋਂ ਉੱਥੋਂ ਦੇ ਜਿਹੜੇ ਵਿਚਾਰਧਾਰਕ ਤੌਰ 'ਤੇ ਜੇ ਅਸੀਂ ਗੱਲ ਕਰੀਏ, ਚਾਹੇ ਅਸੀਂ ਨੀਤੀ ਦੇ ਵਿਆਹ 'ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੋਂ ਨਾਲੋਂ ਉੱਥੋਂ ਦਾ ਬਹੁਤ ਫਰਕ ਆ। ਅਤੇ ਜਿਹੜੇ ਟਰਾਂਸਫਾਰਮੇਸ਼ਨ ਜਦੋਂ ਹੁੰਦੀ ਆ, ਜਦੋਂ ਟਰਾਂਸਫਾਰਮੇਸ਼ਨ ਪਹਿਲਾਂ ਤਾਂ ਸਾਡੇ ਵਾਸਤੇ ਸਭ ਤੋਂ ਵੱਡੀ ਇਹ ਨਮੋਸ਼ੀ ਦੀ ਗੱਲ ਆ ਕਿ ਸਾਡਾ ਮੁਲਕ ਜਿਹੜਾ ਹੈਗਾ ਆ ਇਹ ਕੁਰਬਾਨੀਆਂ ਦਾ ਦੇਸ਼ ਆ, ਅਤੇ ਸਾਡੇ ਮੁਲਕ ਦੇ ਜਿਹੜੇ ਲੋਕ ਨੇ ਉਹ ਗੈਰ ਕੁਰਬਾਨੀ ਜਿਹੜੇ ਖੇਤਰ ਨੇ ਜਾਂ ਬਿਨਾਂ ਕੁਰਬਾਨੀਆਂ ਤੋਂ ਜਿਹੜੇ ਮੁਲਕ ਆ ਉਹਨਾਂ ਦੇ ਵੱਲ ਜ਼ਿਆਦਾ ਵੱਧ ਰਹੇ ਨੇ। ਸੋ ਉੱਥੇ ਜਾਣ ਦੇ ਉੱਤੇ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਸਾਡੇ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦਾ ਸਰਕਾਰ ਨੂੰ ਵੀ ਪ੍ਰਭਾਵਿਤ ਕਰਦੇ ਨੇ, ਅਤੇ ਸਰਕਾਰਾਂ ਦੀਆਂ ਪੋਲਿਸੀਜ਼ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜੀਆਂ ਪ੍ਰਭਾਵ ਪਾਉਂਦੀਆਂ ਕਿ ਚਾਹੇ ਕਿਸੇ ਵੀ ਖਿੱਤੇ ਦੇ ਲੋਕ ਹੋਣ ਚਾਹੇ ਪ੍ਰਵਾਸ ਕਰਕੇ। ਜੇ ਅਸੀਂ ਇੱਥੋਂ ਦੀ ਗੱਲ ਕਰੀਏ, ਕੋਈ ਖਾਸ ਵੱਡੀਆਂ ਪੋਲਿਸੀਜ਼ ਨਹੀਂ, ਚਲੋ ਉਹ ਬਾਹਰਲੇ ਮੁਲਕ ਨੇ, ਉਹ ਤਰੱਕੀ ਪਸੰਦ ਮੁਲਕ ਨੇ, ਉਹਨਾਂ ਦੇ ਵਿੱਚ ਤਰੱਕੀ ਸਾਡੇ ਦੇਸ਼ ਨਾਲੋਂ ਜ਼ਿਆਦਾ ਤਰੱਕੀ ਹੋਈ ਆ। ਸੋ ਉੱਥੇ ਕਾਰਨ ਇਹੀ ਆ ਕਿ ਉਹਨਾਂ ਨੇ ਬਣਦੀ ਨੁਮਾਇੰਦਗੀ ਦਿੱਤੀ ਆ, ਜਦਕਿ ਸਾਡੇ ਜੇਕਰ ਕੋਈ ਪ੍ਰਵਾਸ ਕਰਕੇ ਆਉਂਦਾ ਚਾਹੇ ਉਹ ਪੂਰਬੀਏ ਹੋਣ ਚਾਹੇ ਉਹ ਕਿਸੇ ਹੋਰ ਦੇਸ਼ ਤੋਂ ਸਾਡੇ ਪ੍ਰਵਾਸ ਕਰਕੇ ਆਉਣ, ਪਰ ਅਸੀਂ ਉਹਨਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੰਦੇ ਜਿੰਨੀ ਕਿ ਉਹਨਾਂ ਨੇ ਨੁਮਾਇੰਦਗੀ ਦਿੱਤੀ ਆ। ਚਾਹੇ ਉਹ ਹਰਜੀਤ ਸਿੰਘ ਸੱਜਣ ਦੀ ਗੱਲ ਹੋਵੇ, ਚਾਹੇ ਉਹ ਜਗਮੀਤ ਸਿੰਘ ਦੀ ਗੱਲ ਹੋਵੇ, ਚਾਹੇ ਉਹ ਪਾਕਿਸਤਾਨ ਦੇ ਜਿਹੜੇ ਕੁਛ ਗਏ ਨੇ ਉੱਥੇ ਸਿਆਸਤਦਾਨ ਪੰਜਾਬੀ ਨੇ, ਉਹਨਾਂ ਨੂੰ ਵੀ ਉਹਨਾਂ ਨੇ ਬਣਦੀ ਨੁਮਾਇੰਦਗੀ ਦਿੱਤੀ ਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਕਿਤੇ ਨਾ ਕਿਤੇ ਹਰ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ ਚਾਹੇ ਜਸਟਿਨ ਟਰੂਡੋ ਦੀ ਸਰਕਾਰ ਦੀ ਵਾਪਸੀ ਹੋਵੇ, ਚਾਹੇ ਉਹ 18 ਪੰਜਾਬੀ ਜਿਨ੍ਹਾਂ ਦੀ ਜਿੱਤ ਦੇ ਜਸ਼ਨ ਪੰਜਾਬ ਤੱਕ ਮਨਾਏ ਜਾ ਰਹੇ ਨੇ, ਹਰ ਪੱਧਰ ਦੇ ਉੱਤੇ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਜਿੱਥੇ ਪੰਜਾਬ ਦੇ ਵਿੱਚ ਝੰਡੇ ਗੱਡੇ ਨੇ, ਝੰਡੇ ਇਕੱਲੇ ਜਿੱਤ ਦੇ ਹੀ ਨਹੀਂ, ਹਰ ਚਾਹੇ ਜੰਗ ਦੇ ਮੈਦਾਨ ਹੋਣ ਉੱਥੇ ਵੀ ਪੰਜਾਬੀ ਹਮੇਸ਼ਾ ਗੂੰਜਦੇ ਰਹੇ ਨੇ। ਉਹਨਾਂ ਨੇ ਆਪਣੀ ਜਿੱਤ ਨੂੰ ਪੂਰੀ ਸ਼ਿੱਦਤ ਦੇ ਨਾਲ ਜਿਹੜਾ ਮਨਾਇਆ ਹੈ ਹਰ ਪੱਧਰ ਦੇ ਉੱਤੇ। ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਜਿਹੜੀ ਜਿੱਤ ਪੱਕਾ ਕੀਤੀ ਹੈ, ਅਤੇ ਟਰੂਡੋ ਦੀ ਸਰਕਾਰ ਦੇ ਵਿੱਚ ਅਹਿਮ ਯੋਗਦਾਨ ਪੰਜਾਬੀਆਂ ਦੇ ਵੱਲੋਂ ਦਿੱਤਾ ਗਿਆ, ਉਸ ਦਾ ਪੰਜਾਬ ਦੇ ਲੋਕਾਂ ਨੇ ਜਿੱਥੇ ਸਵਾਗਤ ਕੀਤਾ ਹੈ, ਉੱਥੇ ਹੀ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਲਈ ਮੰਗ ਵੀ ਹੈਗੀ ਹੈ ਇੱਥੋਂ ਦੇ ਪੰਜਾਬੀਆਂ ਦੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਲੋਕ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਜਿਹੜੇ ਪ੍ਰਬੰਧ ਹੈਗੇ ਨੇ ਉਹ ਸੁਖਾਲੇ ਕੀਤੇ ਜਾਣ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜਿਆ ਗਿਆ, ਧੰਨਵਾਦ।